ਹੈਲੋ ਫਰੈਂਡਸ, ਮੇਰਾ ਨਾਮ ਹੈ ਸ਼ਰਨ ਅਤੇ ਮੈਂ ਤੁਹਾਡਾ ਵੈਲਕਮ ਕਰਦੀ ਆਪਣੇ ਚੈਨਲ ਦੇ ਉੱਤੇ ਜਿਸਦਾ ਨਾਮ ਹੈ ਸ਼ਰਨਸ ਮੇਕਅਪ। ਹੋਪ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਥੈਂਕਸ ਕਰਨਾ ਚਾਹੂੰਗੀ ਜਿਨ੍ਹਾਂ ਨੇ ਮੇਰੀਆਂ ਪ੍ਰੀਵੀਅਸ ਵੀਡੀਓ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਅਤੇ ਮੇਰੇ ਜਿਹੜੇ ਸਬਸਕ੍ਰਾਈਬਰਸ ਆ 240 'ਤੇ ਪਹੁੰਚ ਗਏ ਆ। ਅਤੇ ਥੈਂਕ ਯੂ ਸੋ ਮੱਚ। ਪਲੀਜ਼ 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 ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈਗਾ ਤਾਂ ਪਲੀਜ਼ ਸਬਸਕ੍ਰਾਈਬ ਕਰਿਓ। ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਲੈ ਕੇ ਆਈ ਹਾਂ DIY ਐਲੋਵੇਰਾ ਨੂੰ ਲੈ ਕੇ। ਮੈਂ ਆਪਣੇ ਜਿਹੜੇ ਫੇਸ ਦੀ ਜਿਹੜੀ ਕੇਅਰ ਆ ਐਜ਼ ਆ ਫੇਸ਼ੀਅਲ ਮੈਂ ਕਿਸ ਤਰ੍ਹਾਂ ਕਰਦੀ ਹਾਂ ਐਲੋਵੇਰਾ ਨੂੰ ਲੈ ਕੇ ਉਹ ਵੀਡੀਓ ਲੈ ਕੇ ਆਈ ਹਾਂ। ਹੋਪ ਤੁਹਾਨੂੰ ਪਹਿਲੀਆਂ ਵੀਡੀਓਜ਼ ਦੀ ਤਰ੍ਹਾਂ ਇਹ ਵੀਡੀਓ ਵੀ ਪਸੰਦ ਆਊਗੀ। ਅਤੇ ਜੇ ਤੁਹਾਨੂੰ ਇਹ ਵੀਡੀਓ ਨਹੀਂ ਪਸੰਦ ਆਵੇ ਜਾਂ ਤੁਹਾਨੂੰ ਹੋਰ ਕੋਈ ਸੁਜੈਸ਼ਨ ਹੋਣ ਵੀ ਮੈਂ ਇਸ ਤਰ੍ਹਾਂ ਦੀਆਂ ਵੀਡੀਓ ਬਣਾਵਾਂ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਮੈਂ ਤੁਹਾਡੇ ਕਮੈਂਟਸ ਪੜ੍ਹ ਕੇ ਮੈਨੂੰ ਪਤਾ ਲੱਗੂਗਾ ਕਿ ਤੁਸੀਂ ਕਿੱਦਾਂ ਦੀਆਂ ਵੀਡੀਓਜ਼ ਮੇਰੇ ਤੋਂ ਦੇਖਣਾ ਚਾਹੁੰਦੇ ਹੋ ਮੇਰੇ ਵੱਲੋਂ। ਅਤੇ ਹੋਰ ਕੁਛ ਜ਼ਿਆਦਾ ਨਾ ਕਹਿੰਦੇ ਹੋਏ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰਦੀ ਹਾਂ। ਅੱਜ ਦੀ ਜਿਹੜੀ ਵੀਡੀਓ ਉਸਦੇ ਮੈਂ 4 ਪਾਰਟ ਬਣਾਏ ਹੋਏ। ਸਭ ਤੋਂ ਪਹਿਲਾਂ ਤਾਂ ਮੈਂ ਐਲੋਵੇਰਾ ਨੂੰ ਲੈ ਕੇ ਕਲੀਨਜ਼ਿੰਗ ਕਰਾਂਗੀ ਆਪਣੇ ਫੇਸ ਦੀ, ਉਸ ਤੋਂ ਬਾਅਦ ਸਕ੍ਰੱਬ ਕਰੂੰਗੀ, ਐਕਸਫੋਲੀਏਟ ਕਰੂੰਗੀ ਆਪਣੀ ਸਕਿਨ, ਉਸ ਤੋਂ ਬਾਅਦ ਮਸਾਜ ਕਰੂੰਗੀ ਅਤੇ ਉਸ ਤੋਂ ਬਾਅਦ ਪੈਕ ਰੈਡੀ ਕਰੂੰਗੀ। ਅਤੇ ਇਹਨਾਂ ਚਾਰਾਂ ਜੋ ਪਾਰਟਸ ਹੈ ਉਹਨਾਂ ਵਿੱਚ ਐਲੋਵੇਰਾ ਦਾ ਯੂਜ਼ ਕੀਤਾ ਹੈ ਮੈਂ। ਅਤੇ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ। ਜੇ ਇਹ ਵੀਡੀਓ ਪਸੰਦ ਆਵੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ। ਸਭ ਤੋਂ ਪਹਿਲਾਂ ਮੈਂ ਆਪਣੇ ਫੇਸ ਨੂੰ ਕਲੀਨ ਕਰਨ ਜਾ ਰਹੀ ਹਾਂ। ਇਸ ਦੇ ਲਈ ਮੈਂ ਜਿਹੜਾ ਐਲੋਵੇਰਾ ਯੂਜ਼ ਕਰਨ ਜਾ ਰਹੀ ਹਾਂ, ਇਸਦਾ ਆਪਣੀ ਸਕਿਨ ਦੇ ਉੱਤੇ ਚੰਗੀ ਤਰ੍ਹਾਂ ਰਬ ਕਰਕੇ ਮਸਾਜ ਕਰਾਂਗੀ। ਦੋ ਤੋਂ ਤਿੰਨ ਮਿੰਟ ਤੱਕ ਤੁਸੀਂ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਤੇ ਇਸਦੀ ਮਸਾਜ ਕਰਿਓ। ਇਸ ਦੇ ਨਾਲ ਜੋ ਵੀ ਤੁਹਾਡੀ ਡੈਡ ਸਕਿਨ ਹੋਊਗੀ ਇਹਦੇ ਨਾਲ ਰਿਮੂਵ ਹੋ ਜਾਊਗੀ ਤਾਂ ਤੁਹਾਡਾ ਫੇਸ ਜਿਹੜਾ ਹੈਗਾ ਬਹੁਤ ਚੰਗੀ ਤਰ੍ਹਾਂ ਨਾਲ ਕਲੀਨ ਹੋ ਜਾਊਗਾ ਅਤੇ ਤੁਹਾਡਾ ਫੇਸ ਬਿਲਕੁਲ ਰੈਡੀ ਹੋ ਜਾਊਗਾ ਫੇਸ਼ੀਅਲ ਵਾਸਤੇ। ਹੁਣ ਮੈਂ ਆਪਣੇ ਫੇਸ 'ਤੇ ਸਕ੍ਰੱਬ ਕਰਨ ਜਾ ਰਹੀ ਹਾਂ, ਜਿਸ ਦੇ ਲਈ ਮੈਨੂੰ ਚਾਹੀਦਾ ਹੈ ਰਾਈਸ ਫਲੋਰ ਅਰਾਊਂਡ 2 ਟੀਸਪੂਨ, ਮਿਲਕ ਅਰਾਊਂਡ 3 ਟੀਸਪੂਨ, ਐਲੋਵੇਰਾ ਜੈਲ ਅਰਾਊਂਡ 2 ਟੀਸਪੂਨ ਐਂਡ ਲੈਮਨ। ਲੈਮਨ ਜਿਹੜਾ ਹੈਗਾ ਉਹ ਤੁਸੀਂ ਆਪਣੀ ਸਕਿਨ ਦੇ ਅਕੋਰਡਿੰਗ ਐਡ ਕਰ ਸਕਦੇ ਹਾਂ। ਜੇ ਤੁਹਾਡੀ ਸਕਿਨ ਡਰਾਈ ਹੈ ਤਾਂ ਤੁਸੀਂ ਲੈਮਨ ਘੱਟ ਯੂਜ਼ ਕਰੋ, ਅਦਰਵਾਈਜ਼ ਤੁਸੀਂ ਅਰਾਊਂਡ 1-2 ਟੀਸਪੂਨ ਜਿਹੜਾ ਲੈਮਨ ਆ ਯੂਜ਼ ਕਰ ਸਕਦੇ ਹਾਂ। ਇਸ ਹੁਣ ਮੈਂ ਜਿਹੜਾ ਹੈਗਾ ਆ ਚੌਲਾਂ ਦਾ ਆਟਾ 2 ਟੀਸਪੂਨ, ਉਸਦੇ ਵਿੱਚ ਮੈਂ ਮਿਲਕ ਐਡ ਕਰਨ ਜਾ ਰਹੀ ਹਾਂ। ਅਤੇ ਹੁਣ ਮੈਂ ਜਿਹੜਾ ਲੈਮਨ ਆ ਉਹ ਉਸਨੂੰ ਵਿੱਚ ਐਡ ਕਰਨ ਜਾ ਰਹੀ ਹਾਂ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਮੇਰੀ ਜਿਹੜੀ ਸਕਿਨ ਆ ਉਹ ਨੋਰਮਲ ਸਕਿਨ ਆ, ਨੋਰਮਲ ਕੰਬੀਨੇਸ਼ਨ ਸਕਿਨ, ਇਸ ਲਈ ਮੈਂ 2 ਟੀਸਪੂਨ ਜਿਹੜੇ ਹੈਗੇ ਆ ਉਹ ਲੈਮਨ ਯੂਜ਼ ਕਰਨ ਜਾ ਰਹੀ ਹਾਂ। ਅਤੇ ਹੁਣ ਇਸਨੂੰ ਮੈਂ ਮਿਕਸ ਥੋੜ੍ਹਾ ਜਿਹਾ ਕਰਕੇ ਅਤੇ ਉਸਦੇ ਵਿੱਚ ਮੈਂ ਐਲੋਵੇਰਾ ਜੈਲ ਜਿਹੜੀ ਆ ਉਹ ਐਡ ਕਰਨ ਜਾ ਰਹੀ ਹਾਂ। ਅਤੇ ਹੁਣ ਇਸਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਤੇ ਜਿਹੜਾ ਮੇਰਾ ਸਕ੍ਰੱਬ ਆ ਉਹ ਰੈਡੀ ਹੋ ਗਿਆ ਆ।
ਸਕ੍ਰਬ ਕਰਨ ਤੋਂ ਬਾਅਦ ਫੇਸ ਨੂੰ ਸਟੀਮ ਲੈਣਾ ਬਹੁਤ ਜ਼ਰੂਰੀ ਹੈ। ਮੈਂ ਇਸ ਵੇਲੇ ਸਟੀਮਰ ਯੂਜ਼ ਕਰਨ ਜਾ ਰਹੀ ਹਾਂ, ਅਤੇ ਅਦਰਵਾਈਜ਼ ਜੇ ਤੁਹਾਡੇ ਕੋਲ ਸਟੀਮਰ ਨਹੀਂ ਹੈਗਾ, ਤੁਸੀਂ ਈਜ਼ੀਲੀ ਆਪਣਾ ਜਿਹੜਾ ਹੈਗਾ ਆ ਪਾਣੀ ਨੂੰ ਗਰਮ ਕਰਕੇ ਸਟੀਮ ਲੈ ਸਕਦੇ ਹਾਂ। ਇਹਦੇ ਨਾਲ ਜਿਹੜੀਆਂ ਸਾਡੀਆਂ ਪੋਰਸ ਹੁੰਦੀਆਂ ਆ ਉਹ ਓਪਨ ਹੋ ਜਾਂਦੀਆਂ, ਅਤੇ ਇਸ ਤੋਂ ਬਾਅਦ ਜਦੋਂ ਅਸੀਂ ਆਪਣੇ ਫੇਸ ਦੇ ਉੱਤੇ ਮਸਾਜ ਕਰਦੇ ਹਾਂ ਅਤੇ ਉਹ ਬਿਲਕੁਲ ਅੰਦਰ ਤੱਕ ਜਾਂਦੀ ਹੈ ਜਿਹੜੀ ਕਰੀਮ ਹੈ, ਅਤੇ ਉਹਦੇ ਨਾਲ ਸਾਡੀ ਜਿਹੜੀ ਸਟੀਮ ਹੁੰਦੀ ਹੈ ਬਹੁਤ ਜ਼ਿਆਦਾ ਅੱਛੀ ਹੋ ਜਾਂਦੀ ਹੈ। ਜਦੋਂ ਤੁਸੀਂ ਸਟੀਮ ਲੈ ਕੇ ਹਟੋ ਤਾਂ ਆਪਣੀ ਸਕਿਨ ਨੂੰ ਬਹੁਤ ਜਲਦੀ ਨਾਲ ਕਵਰ ਕਰ ਲਓ ਕਿਸੇ ਵੀ ਟਾਵਲ ਦੇ ਨਾਲ ਜਾਂ ਟਿਸ਼ੂ ਪੇਪਰ ਦੇ ਨਾਲ, ਕਿ ਤੁਹਾਡੇ ਜਿਹੜੀ ਸਕਿਨ ਆ। ਫੇਸ ਕਰੀਮ ਬਣਾਉਣ ਵਾਸਤੇ ਮੈਨੂੰ ਚਾਹੀਦਾ ਹੈ ਹਨੀ ਅਰਾਊਂਡ 1 ਟੀਸਪੂਨ, ਐਲੋਵੇਰਾ ਜੈਲ ਯੂਜ਼ ਕਰਨ ਜਾ ਰਹੀ ਹਾਂ। ਇਸ ਵੇਲੇ ਮੈਂ ਜਿਹੜੀ ਐਲੋਵੇਰਾ ਜੈਲ ਯੂਜ਼ ਕਰਨ ਜਾ ਰਹੀ ਹਾਂ ਉਹ ਕੇਸਰ ਅਤੇ ਚੰਦਨ ਵਾਲੀ ਆ। ਤੁਸੀਂ ਨੋਰਮਲ ਐਲੋਵੇਰਾ ਜੈਲ ਜਾਂ ਐਲੋਵੇਰਾ ਯੂਜ ਕਰ ਸਕਦੇ ਹੋ। ਜੇ ਤੁਹਾਡੇ ਕੋਲ ਵਿਟਾਮਿਨ ਸੀ ਦੇ ਕੈਪਸੂਲ ਹੋਣ ਤਾਂ ਉਹ ਬਹੁਤ ਵਧੀਆ ਆ, ਬਟ ਮੇਰੇ ਕੋਲ ਇਸ ਟਾਈਮ ਵਿਟਾਮਿਨ ਸੀ ਦੀ ਕੈਪਸੂਲ ਨਹੀਂ ਹੈ, ਅਤੇ ਮੈਂ ਫੇਸ ਕਰੀਮ ਯੂਜ਼ ਕਰਨ ਜਾ ਰਹੀ ਹਾਂ ਜਿਸ ਦੇ ਵਿੱਚ ਆਲਰੇਡੀ ਵਿਟਾਮਿਨ ਈ ਹੈ। ਅਤੇ ਇਹ ਮੈਂ ਅਰਾਊਂਡ 1 ਟੀਸਪੂਨ ਜਿਹੜੀ ਵਧੀਆ ਕਰੀਮ ਯੂਜ਼ ਕਰਨ ਜਾ ਰਹੀ ਹਾਂ। ਅਤੇ ਹੁਣ ਇਸ ਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰਕੇ ਇਹਦੀ ਕਰੀਮ ਜਿਹੜੀ ਬਣਾ ਰਹੀ ਹਾਂ, ਇਸ ਦੇ ਨਾਲ ਮੈਂ ਆਪਣੇ ਫੇਸ ਦੇ ਉੱਤੇ ਮਸਾਜ ਕਰੂੰਗੀ। ਫੇਸ ਪੈਕ ਬਣਾਉਣ ਦੇ ਲਈ ਮੈਂ ਮੁਲਤਾਨੀ ਮਿੱਟੀ ਯੂਜ ਕਰਨ ਜਾ ਰਹੀ ਹਾਂ 2 ਟੀਸਪੂਨ, ਐਲੋਵੇਰਾ ਜੈਲ ਅਗੇਨ ਵਿਦ ਕੇਸਰ ਐਂਡ ਚੰਦਨ 1 ਟੀਸਪੂਨ, ਐਂਡ ਰੋਜ਼ ਵਾਟਰ ਯੂਜ ਕਰਨ ਜਾ ਰਹੀ ਹਾਂ। ਅਤੇ ਇਹਨਾਂ ਤਿੰਨਾਂ ਨੂੰ ਮਿਕਸ ਕਰਕੇ ਮੈਂ ਆਪਣਾ ਜੋ ਹੈਗਾ ਫੇਸ ਪੈਕ ਪੈ ਰਹੀ ਹਾਂ। ਆਪਣੇ ਫੇਸ ਦੇ ਉੱਤੇ ਮੈਂ ਹੁਣ ਪੈਕ ਲਗਾਉਣ ਜਾ ਰਹੀ ਹਾਂ, ਅਤੇ ਇਹ ਪੈਕ ਨੂੰ ਮੈਂ 15 ਤੋਂ 20 ਮਿੰਟ ਤੱਕ ਰੱਖੂੰਗੀ ਜਦੋਂ ਚੰਗੀ ਤਰ੍ਹਾਂ ਡਰਾਈ ਹੋ ਜਾਵੇ, ਅਤੇ ਉਸ ਤੋਂ ਬਾਅਦ ਮੈਂ ਇਹਨੂੰ ਪਾਣੀ ਦੇ ਨਾਲ ਵਾਸ਼ ਕਰ ਦੂੰਗੀ।